ਸਾਤਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਮਹਿਲਾ ਪ੍ਰੀਤ ਸੰਧੂ ਲੈ ਕੇ ਹਾਜ਼ਰ ਆ ਪ੍ਰੋਗਰਾਮ ਸਮਾਚਾਰ ਸਾਰ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹੁੰਦੇ ਨੇ ਉੱਗੇ ਵਿਸ਼ਲੇਸ਼ਕ ਜਸਵਿੰਦਰ ਯਾਦ ਜੀ ਜੋ ਖਬਰਾਂ ਉੱਤੇ ਆਪਣੀ ਨਜ਼ਰ ਬਣਾਈ ਰੱਖਦੇ ਨੇ ਆਓ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਮਾਚਾਰ ਸਾਰ ਵਿੱਚ ਜੀ ਐਨ ਜੀ ਜੀ ਸ਼ੁਕਰੀਆ ਜੇਕਰ ਗੱਲ ਕਰੀਏ ਤਾਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦਾ ਰਾਖਵਾਕਰਨ ਬਰਕਰਾਰ ਹੈ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੀ ਫੈਸਲਾ ਲਿਆ ਗਿਆ ਹੈ ਦੇਖੋ ਜੇ ਅਸੀਂ ਗੱਲ ਕਰੀਏ ਨਾ ਇਹ ਸਪੈਸ਼ਲ ਜਰਨਲ ਵਰਗ ਦੇ ਨਾਲ ਗੱਲ ਜੁੜਦੀ ਹੈ ਜੀ ਰਾਖਵਾ ਕਰਨ ਜਦੋਂ ਆਜ਼ਾਦੀ ਤੋਂ ਬਾਅਦ ਯੋਜਨਾਵਾਂ ਅਲਿਖੀਆਂ ਗਈਆਂ ਤੇ ਪਹਿਲੀਆਂ ਯੋਜਨਾਵਾਂ ਵਿੱਚ ਹੀ 10 ਸਾਲਾਂ ਲਈ ਰਾਖਵਾ ਕਰਨ ਦਿੱਤਾ ਗਿਆ ਜੀ ਉਹ ਤਾਂ ਦਿੱਤਾ ਗਿਆ ਸੀ ਕਿ ਪਿਛੜੇ ਹੋਏ ਲੋਕਾਂ ਨੂੰ ਪਿਛੜੀਆਂ ਹੋਈਆਂ ਜਾਤਾਂ ਨੂੰ ਕਬੀਲਿਆਂ ਨੂੰ ਇੱਕ ਸਾਰ ਕੀਤਾ ਜਾਵੇ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਵੀ ਸਮਾਨਤਾ ਵਾਲੀ ਗੱਲ ਹੈ ਤੇ ਸਮਾਨਤਾ ਦੇ ਪੱਧਰ ਦਾ ਜੀਵਨ ਦੇਣ ਦੇ ਲਈ ਸਰਕਾਰਾਂ ਨੇ ਇਹ ਸ਼ੁਰੂਆਤੀ ਜਿਹੜੇ ਉਹ ਕਦਮ ਚੱਕੇ ਸੀ ਉਮੀਦ ਸੀ ਕਿ 10 ਸਾਲਾਂ ਬਾਅਦ ਇਹ ਜਿਹੜੀ ਰਿਜ਼ਰਵੇਸ਼ਨ ਹੈ ਇਹ ਖਤਮ ਕਰ ਦਿੱਤੀ ਜਾਊਗੀ ਰਾਖਮਾ ਕਰਨ ਦਾ ਜਿਹੜਾ ਇਹ ਤੋਂ ਖਿਹੜਾ ਛੁੱਟ ਜਾਊਗਾ ਭਾਰਤ ਦਾ ਪਰ ਨਹੀਂ ਹੋਇਆ ਉਸ ਤਰੀਕੇ ਨਾਲ ਫਿਰ ਅਗਲੀਆਂ ਯੋਜਨਾਵਾਂ ਵਿੱਚ 10 ਸਾਲ 10 ਸਾਲ 10 ਸਾਲ ਤੇ ਹੁਣ ਤੱਕ ਇਹ ਚੱਲਦਾ ਆ ਰਿਹਾ ਹੈ ਫਿਰ ਇਹਦੇ ਉੱਤੇ ਜਿਹੜਾ ਸਾਡਾ ਜਨਰਲ ਵਰਗ ਹੈ ਉਹਨੇ ਆਪਣੀ ਆਵਾਜ਼ ਬੁਲੰਦ ਕੀਤੀ ਜੀ ਉਹ ਕਹਿੰਦੇ ਕਿ ਸਾਡਾ ਇਹਦੇ ਵਿੱਚ ਕੀ ਕਸੂਰ ਹੈ ਜੇਕਰ ਅਸੀਂ ਜਰਨਲ ਵਰਗ ਵਿੱਚ ਜੰਪੇ ਸਮੱਸਿਆਵਾਂ ਸਾਡੇ ਲਈ ਵੀ ਆਰਥਿਕ ਤੌਰ ਤੇ ਉਵੇਂ ਹੀ ਮੂੰਹ ਅੱਡੀ ਖੜੀਆਂ ਨੇ ਮਸਲਾ ਵਿੱਚ ਵਿੱਚ ਇਹ ਵੀ ਉੱਠਿਆ ਕਿ ਜਿਹੜੀ ਇਹ ਰਿਜ਼ਰਵੇਸ਼ਨ ਹੈ ਜਿਹੜਾ ਇਹ ਰਾਖਵਾ ਕਰਨ ਹੈ ਇਹ ਆਰਥਿਕਤਾ ਦੇ ਆਧਾਰ ਤੇ ਦੇ ਦਿੱਤਾ ਜਾਵੇ ਪਰ ਖੈਰ ਉਹ ਗੱਲ ਹਲੇ ਵਿੱਚ ਵਿਚਾਰੇ ਐ ਤਾਂ ਹੁਣ ਜਿਹੜਾ ਇਹ ਰਾਖਵਾ ਕਰਨ 2019 ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਸੰਵਿਧਾਨਕ ਸੋਧ ਕੀਤੀ 103 ਨੰਬਰ 103 ਨੰਬਰ ਸੰਵਿਧਾਨਕ ਸੋਧ ਕਰਕੇ ਜਨਰਲ ਵਰਗ ਦੇ ਵਿੱਚ 10% ਜਿਹੜਾ ਰਾਖਵਾ ਕਰਨ ਦਿੱਤਾ ਗਿਆ ਜਿਹੜੇ ਜਨਰਲ ਵਰਗ ਦੇ ਵਿੱਚ ਵਿਅਕਤੀ ਪਰਿਵਾਰ ਕਹਿ ਦਈਏ ਕਿ ਆਰਥਿਕ ਤੌਰ ਤੇ ਕਮਜ਼ੋਰ ਨਹੀਂ ਜੀ ਇਹਨੂੰ ਇਹਨਾਂ ਨੇ ਨਾਮ ਦਿੱਤਾ ਇਕਨੋਮਿਕਲੀ ਵੀਕਰ ਸੈਕਸ਼ਨ EWS ਇਹ EWS ਦੇ ਉੱਤੇ ਪਟੀਸ਼ਨਾਂ ਦਾਇਰ ਹੋ ਗਈਆਂ 40 ਪਟੀਸ਼ਨਾਂ ਮਾਨਯੋਗ ਸੁਪਰੀਮ ਕੋਰਟ ਵਿੱਚ ਲੱਗੀਆਂ ਪਰ ਇਹ ਤਾਂ ਹੁਣ ਵਿਰੋਧ ਹੋਇਆ ਇਸ ਤੋਂ ਪਿੱਛੇ ਚੱਲੀਏ ਤਾਂ 1999 ਵਿੱਚ ਜਦੋਂ ਵੀ ਕੇ ਸਿੰਘ ਪ੍ਰਧਾਨ ਮੰਤਰੀ ਸੀ ਦੇਸ਼ ਦੇ ਤਾਂ ਉਦੋਂ ਵੀ ਇਹ ਵਿਰੋਧ ਉਹਨਾਂ ਨੇ ਕੀਤਾ ਸੀ ਰਾਖਵਾ ਕਰਨ ਹਟਾਉਣ ਦਾ ਤੇ ਮੰਡਲ ਦੀ ਰਿਪੋਰਟ ਉਹਨਾਂ ਨੇ ਲਾਗੂ ਕਰਨ ਲਈ ਕਿਹਾ ਸੀ ਖੈਰ ਨਹੀਂ ਉਹ ਸਭ ਕੁਝ ਸੰਭਵ ਹੋ ਸਕਿਆ ਤੇ ਫਿਰ ਨਰਿੰਦਰ ਮੋਦੀ ਸਰਕਾਰ ਨੇ ਦਲੇਰਾਣਾ ਮੈਂ ਕਹੂੰਗਾ ਇਹ ਫੈਸਲਾ ਕੀਤਾ 2011 ਵਿੱਚ ਪਰ ਵਿਰੋਧ ਤਾਂ ਉਹਦਾ ਵੀ ਹੋਣਾ ਸੀ ਵਿਰੋਧ ਉਹਦਾ ਵੀ ਹੋ ਗਿਆ ਜੀ ਤਾਂ ਇਹ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸਾਡੇ ਚੀਫ ਜਸਟਿਸ ਕੱਲ ਤਿੱਕਰ ਸੀ ਯੂ ਯੂ ਲਾਲਤ ਜੀ ਕੱਲ ਉਹ ਸੇਵਾਮੁਕਤ ਹੋ ਗਏ ਨੇ ਤੇ ਅੱਜ ਤੋਂ ਡੀਵਾਈ ਚੰਦਰ ਚੂੜ ਜਿਹੜੇ ਨੇ ਉਹ ਚੀਫ ਜਸਟਿਸ ਨੇ ਮਾਣਯੋਗ ਸੁਪਰੀਮ ਕੋਰਟ ਦੇ ਪਰ ਉਹ ਇੱਕ ਇਤਿਹਾਸਕ ਫੈਸਲਾ ਦੇਗੇ ਨੇ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਸੰਵਿਧਾਨਕ ਬੈਂਚ ਬਣਿਆ ਸੀ ਪੰਜ ਜੱਜਾਂ ਨੂੰ ਬਿਠਾ ਕੇ ਜਦੋਂ ਕਿ ਜਿਹੜੇ ਫੈਸਲੇ ਸੰਵਿਧਾਨਕ ਹੋ ਜਾਂਦੇ ਨੇ ਤੇ ਉੱਥੇ ਸੁਪਰੀ ਸੰਵਿਧਾਨਕ ਬੈਂਚ ਬਣਦੇ ਨੇ ਜੇਕਰ ਉਹਦੇ ਵਿੱਚ ਸਰਬਸੰਮਤੀ ਹੋ ਜਾਵੇ ਸੰਵਿਧਾਨਕ ਬੈਂਚ ਦੀ ਤਾਂ ਵੱਖਰੀ ਗੱਲ ਹੈ ਪਰ ਨਹੀਂ ਤਾਂ ਅਦਰਵਾਈਜ਼ ਪੰਜਾਂ ਦੇ ਵਿੱਚ ਫੈਸਲਾ ਦੇਖ ਲਿਆ ਜਾਂਦਾ ਕਿ ਕਿਹਦੇ ਹੱਕ ਵਿੱਚ ਜਾਂਦਾ ਉਹਦੇ ਵਿੱਚ ਜਿਹੜੇ ਤਿੰਨ ਜੱਜ ਸਹਿਬਾਨ ਨੇ ਉਹਨਾਂ ਨੇ ਕਹਿ ਦਿੱਤਾ ਕਿ ਹਾਂ ਇਹ 10% ਜਿਹੜਾ ਕੋਟਾ ਮਿਲ ਰਿਹਾ ਹੈ ਵੀਕਰ ਸੈਕਸ਼ਨ ਵਾਲਾ ਇਹ ਜਨਰਲ ਵਰਗ ਨੂੰ ਬਰਕਰਾਰ ਰਹਿਣਾ ਚਾਹੀਦਾ ਹੈ ਇਹ ਤੇ ਨਹੀਂ ਘਾਟਾ ਵੱਜਣਾ ਚਾਹੀਦਾ ਕਿਉਂਕਿ ਜੇਕਰ ਉਹ ਜਨਰਲ ਵਰਗ ਵਿੱਚ ਜੰਮੇ ਨੇ ਤਾਂ ਇਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਆਰਥਿਕ ਤੌਰ ਤੇ ਉਹ ਪਿਛੜ ਚੁੱਕੇ ਨਹੀਂ ਹਾਂ ਜਾਤੀ ਤੌਰ ਤੇ ਅਸੀਂ ਉਹਨਾਂ ਨੂੰ ਜਨਰਲ ਵਿੱਚ ਰੱਖਦੇ ਆ ਪਰ ਆਰਥਿਕ ਤੌਰ ਤੇ ਉਹਨਾਂ ਦੇ ਹਾਲਾਤ ਨੇ ਉਹ ਪਿਛੜ ਗਏ ਨਹੀਂ ਤਾਂ ਇਹਨੂੰ ਬਰਾਬਰ ਲਿਆਉਣ ਦੀ ਤਾਂ ਕੋਸ਼ਿਸ਼ ਕਰਨੀ ਹੈ ਨਾ ਤਾਂ ਉਸ ਕੋਸ਼ਿਸ਼ ਦੇ ਵਿੱਚ ਜੱਜ ਸਹਿਮਾਨਾਂ ਵਿੱਚੋਂ ਪੂਰੇ ਪੈਨਲ ਦੇ ਵਿੱਚੋਂ ਯੂਯੂ ਲਾਲਤ ਸਨੇ ਤਿੰਨ ਜੱਜਾਂ ਨੇ ਫੈਸਲਾ ਜਿਹੜਾ ਉਹ ਏਸ ਕੋਟੇ ਦੇ ਹੱਕ ਵਿੱਚ ਦਿੱਤਾ ਹੈ ਜੀ ਤੇ ਦੋ ਜਿਹੜੇ ਜੱਜ ਸੇਵਾਣਾ ਉਹ ਕਹਿੰਦੇ ਕਿ ਜਿਹੜੀ 103 ਨੰਬਰ ਸੰਵਿਧਾਨਿਕ ਸੋਧ ਹੋਈ ਹੈ ਇਹ ਇੱਕ ਤਰੀਕੇ ਦੀ ਸੰਵਧਾਨ ਦੀ ਉਲੰਘਣਾ ਹੈ ਪਰ ਇੱਥੇ ਬਹੁ ਸੰਮਤੀ ਵਾਲਾ ਫੈਸਲਾ ਲੱਗਣਾ ਹੈ ਬਹੁ ਸੰਮਤੀ ਵਾਲਾ ਫੈਸਲਾ ਜਿਹੜਾ ਉਹ ਲੱਗ ਗਿਆ ਹੈ ਜਨਰਲ ਵਰਗ ਨੂੰ ਇਹ ਜਿਹੜਾ ਕੋਟਾ ਹੈ ਉਹ ਬਰਕਰਾਰ ਰਹੂਗਾ ਦੂਸਰੇ ਪਾਸੇ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਦੀ ਗੱਲ ਕਰੀਏ ਉਹ ਦਿਲ ਤੋਂ ਬਾਗੋ-ਬਾਗ ਨਹੀਂ ਖੁਸ਼ ਨੇ ਕਿਉਂਕਿ ਉਹਨਾਂ ਦੀ ਸਰਕਾਰ ਨੇ ਇਹ 19 ਦੇ ਵਿੱਚ ਫੈਸਲਾ ਦਿੱਤਾ ਸੀਗਾ ਜਿਹੜਾ ਲੰਮਕਦਾ ਸੀਗਾ ਜਿਹਨੂੰ ਚੈਲੰਜ ਹੋ ਗਏ ਸੀ ਪਟੀਸ਼ਨਾਂ ਪੈਗੀਆਂ ਸੀ ਅੱਜ ਉਹਦੇ ਉੱਤੇ ਗੱਲ ਆ ਜਿਹੜੀ ਸਾਡੀ ਸਭ ਤੋਂ ਉੱਚੀ ਅਦਾਲਤ ਜਿਹਨੂੰ ਅਸੀਂ ਸੁਪਰੀਮ ਕੋਰਟ ਕਹਿ ਦਿੰਦੇ ਹਾਂ ਉਹਨਾਂ ਇਹ ਸਾਫ਼ ਕਰ ਦਿੱਤਾ ਕਿ ਇਹ ਜਿਹੜਾ ਕੋਟਾ ਹੈ ਉਹ ਬਰਕਰਾਰ ਰਹੂਗਾ ਇਹ ਕੋਟਾ ਚੱਲੂਗਾ ਇਹ ਇੱਕ ਚੰਗੀ ਖੁਸ਼ਖਬਰੀ ਹੈ ਇੱਕ ਰਾਹਤ ਦੀ ਸਾਸ ਹੈ ਕਿੰਨਾਂ ਦੇ ਲਈ ਜਨਰਲ ਵਰਗ ਦੇ ਧੀਆ ਪੁੱਤਾਂ ਦੇ ਲਈ ਜਾਂ ਕਹਿ ਲਈਏ ਕਿ ਜੋ ਸਟਰਗਲ ਕਰਦੇ ਨੇ ਜੋ ਨੌਕਰੀਆਂ ਦੀ ਭਾਲ ਕਰਦੇ ਨੇ ਖਾਸ ਕਰਕੇ ਉਹ ਜਨਰਲ ਵਰਗ ਜਿਹੜੇ ਕਹਿਣ ਨੂੰ ਹੀ ਜਨਰਲ ਵਰਗ ਨੇ ਹਾਲਾਤ ਜਿਹੜੇ ਨੇ ਉਹ ਪਾਣੀ ਤੋਂ ਵੀ ਬਦਲੇ ਨੇ ਉਹਨਾਂ ਲਈ ਇੱਕ ਚੰਗੀ ਖਬਰ ਹੈ ਕਾਂਗਰਸ ਪ੍ਰਧਾਨ ਮਾਲਕ ਕਾਰਜਨ ਖੜਗੇ ਨੇ 6 ਸਾਲ ਪੂਰੇ ਹੁਣ ਤੇ ਨੋਟਬੰਦੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੀ ਤੇ ਲਿਆ ਕੀ ਕਹਿਣਾ ਚਾਹੋਗੇ ਦੇਖੋ ਨਵੇਂ ਪ੍ਰਧਾਨ ਬਣੇ ਨੇ ਕਾਂਗਰਸ ਦੇ ਤਾਂ ਇੱਥੇ ਮੈਂ ਸਭ ਤੋਂ ਪਹਿਲਾਂ ਉਧਰ ਜਾਣ ਤੋਂ ਪਹਿਲਾਂ ਕਹਿ ਦੇਵਾਂ ਕਿ 8 ਨਵੰਬਰ 2003 ਤੇ 16 ਦੇ ਵਿੱਚ ਨੋਟਬੰਦੀ ਹੋਈ ਸੀ ਫੈਸਲਾ ਜਿਹੜਾ ਇਹ ਵੀ ਦਲੇਰਾਨਾ ਫੈਸਲਾ ਸੀ ਚਾਹੇ ਇਹਦੇ ਵਿੱਚ ਨੁਕਸ ਹੋਏ ਆਲੋਚਨਾ ਹੋਈਆਂ ਵੱਕਰੀ ਗੱਲ ਹੈ ਪਰ ਇਹ ਫੈਸਲਾ ਲਿਆ ਸੀ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੇ ਜੀ ਕਾਦੇ ਲਈ ਲਿਆ ਸੀ ਉਹਨਾਂ ਨੂੰ ਇਹ ਸੀਗਾ ਕਿ ਜਿੰਨਾ ਮਾਰਕੀਟ ਦੇ ਵਿੱਚ ਫਲੋ ਹੈ ਇਸ ਪੈਸੇ ਦਾ ਜਾਂ ਕਹਿ ਲਈਏ ਕਿ ਇਹ ਪੇਪਰ ਦੇ ਰੂਪੇ ਜਿਹੜਾ ਪੈਸਾ ਹੈਗਾ ਉਸ ਨੂੰ ਜੇਕਰ ਅਸੀਂ ਇੱਕੇ ਟਾਈਮ ਬਲੌਕ ਕਰ ਦਾਂਗੇ ਜਿਹਦੇ ਵਿੱਚ ਉਹਨੇ 500 ਦੇ ਨੋਟ ਤੇ 100 ਦੇ ਨੋਟਾਂ ਦੀ ਗੱਲ ਜਿਹੜੀ ਉਹ ਕੀਤੀ ਸੀਗੀ 1000 ਦੇ ਨੋਟ ਦੀ ਗੱਲ ਕੀਤੀ ਸੀ ਇਹ ਸਾਰੇ ਨੋਟ ਬੰਦ ਕੀਤੇ ਸੀ ਉਹਨਾਂ ਨੂੰ ਇਹ ਸੀ ਕਿ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਕਾਲਾ ਤੰਨਾ ਹੈ ਉਹਦੀ ਵਾਪਸੀ ਹੋਊਗੀ ਸ਼ੁੱਧ ਮੁਨਾਫਾ ਜਿਹੜਾ ਉਹ ਆਰਬੀ ਨਾਲ ਹੋ ਜੂਗਾ ਕਿਸ ਤਰੀਕੇ ਦੇ ਨਾਲ ਆਧਾਰਨ ਦੇ ਤੌਰ ਤੇ ਜੇਕਰ ਮੈਂ ਤੁਹਾਨੂੰ ਦੱਸਾਂ ਜੇਕਰ 10 ਰੁਪਏ ਮਾਰਕੀਟ ਦੇ ਵਿੱਚ ਫਲੋ ਚ ਹੈ ਤੇ ਨੋਟਬੰਦੀ ਕਰ ਦਿੱਤੀ ਜੇਕਰ ਉਹਦੇ ਵਿੱਚੋਂ 7 ਰੁਪਏ ਵਾਪਸ ਆਏ ਤੇ 3 ਰੁਪਏ ਨਹੀਂ ਆਏ ਤਾਂ ਇਹ 3 ਰੁਪਏ ਜਿਹੜਾ ਇਹ ਸ਼ੁੱਧ ਮੁਨਾਫਾ ਹੋ ਗਿਆ ਆਰਬੀਆਈ ਨੂੰ ਉਹ 3 ਰੁਪਈਆ ਨੂੰ ਮੁੜ ਤੋਂ ਜਿਹੜਾ ਉਹ ਰਿਲੀਜ਼ ਕਰ ਸਕਣਗੇ ਉਹਨਾਂ ਨੂੰ ਮੁੜ ਤੋਂ ਉਹੋ ਜਿਹੇ ਛਾਪ ਸਕਣਗੇ ਇਹ ਉਮੀਦ ਸੀ ਇੱਕ ਵੀ ਇਸ ਤਰੀਕੇ ਨਾਲ ਜਿਹੜਾ ਕਾਲਾ ਧਨ ਹੈ ਉਹ ਲੋਕਾਂ ਦੇ ਕੋਲੇ ਪਿਆਈ ਮਿੱਟੀ ਹੋ ਜਾਊਗਾ ਜਾਂ ਫਿਰ ਉਹ ਕਾਊਂਟਿੰਗ ਵਿੱਚ ਆ ਜਾਊਗਾ ਕਾਊਂਟਿੰਗ ਵਿੱਚ ਆਊਗਾ ਤਾਂ ਉਹਦੇ ਹਿਸਾਬ ਤੇ ਲੇਖੇ ਜੋਖੇ ਹੋ ਜਾਣਗੇ ਪਰ ਅਫਸੋਸ ਦੀ ਗੱਲ ਹੈ ਇਸ ਤਰੀਕੇ ਦੇ ਨਾਲ ਹੋਏ ਆੜੀ ਉਸ ਵਕਤ ਜਿਹੜਾ ਫਲੋ ਸੀਗਾ ਜਿਹੜਾ ਸਰਕਲ ਸੀਗਾ ਮੇਰੇ ਕੋਲ ਇੱਕ ਲਿਸਟ ਆ ਸਰਕਲ ਦੇ ਵਿੱਚ ਆਰਬੀਆਈ ਨੇ ਇੱਕ ਰਿਪੋਰਟ ਦਿੱਤੀ ਹੈ ਕਿ 17.7 ਲੱਖ ਕਰੋੜ ਰੁਪਿਆ ਸਰਕਲ ਸੀ ਜੀ ਮੀਰ ਸੀਗੀ ਕਿ ਇਹਦੇ ਵਿੱਚੋਂ ਇੱਕ ਹਿੱਸਾ ਜਿਹੜਾ ਹੈ ਕਰੀਬ-ਕਰੀਬ ਉਹ ਮਾਰਕੀਟ ਵਿੱਚ ਰਹਿ ਜਾਊਗਾ ਲੋਕਾਂ ਕੋਲੇ ਰਹਿ ਜਾਊਗਾ ਕਾਲੇ ਧਨ ਦੇ ਰੂਪ ਵਿੱਚ ਰਹਿ ਜਾਊਗਾ ਪਰ ਨਹੀਂ ਹੋਇਆ ਉਸ ਤਰੀਕੇ ਦੇ ਨਾਲ ਹਾਲਾਂਕਿ 50 ਲੱਖ ਹਜ਼ਾਰ ਕਰੋੜ ਰੁਪਿਆ ਵੱਧ ਮੁੜਿਆ ਹੈ ਕਹਿੰਦਾ ਭਾਵ ਕਿ ਜਿੰਨੀ ਉਮੀਦ ਲਾਈ ਜਾਂਦੀ ਸੀ ਕਿ ਐਨਾ ਅਸੀਂ ਮਾਰਕੀਟ 'ਚ ਹੀ ਰੋਕ ਕੇ ਇਸ ਨੂੰ ਕਾਲਾ ਧਨ ਘੋਸ਼ਿਤ ਕਰ ਦੇਵਾਂਗੇ ਉਦੋਂ ਉਲਟ ਕੀ ਹੋਇਆ ਕਿ ਜਿਹੜੇ ਨਕਲੀ ਨੋਟ ਸੀ ਉਹ ਵੀ ਜਮ੍ਹਾਂ ਹੋ ਗਏ ਜੀ ਉਹਦੇ ਨਾਲ ਇੱਕ ਤਾਂ ਮੌਕੇ ਤੇ ਸੱਟ ਵੱਜੀ ਸਰਕਾਰ ਨੂੰ ਘਾਟਾ ਪਿਆ ਉਹਦੇ ਨਾਲ ਬਹੁਤ ਵੱਡਾ ਘਾਟਾ ਪਿਆ ਨੰਬਰ 2 ਤੇ ਜਿਹੜੀ ਸਾਡੀ ਮਨਸ਼ਾ ਸੀਗੀ ਸਰਕਾਰ ਦੀ ਕਿ ਕਾਲਾ ਧਨ ਇਸ ਤਰੀਕੇ ਨਾਲ ਕਢਾਇਆ ਜਾ ਸਕੋ ਉਹਨੂੰ ਬੂਰ ਨਹੀਂ ਪਿਆ ਇਸ ਤੋਂ ਬਾਅਦ ਨੇ ਜਿਹੜੇ ਨੋਟ ਰਿਲੀਜ਼ ਕੀਤੇ 1000 ਦਾ ਬੰਦ ਕਰਕੇ ਉੱਥੇ ਇਹਨਾਂ ਨੇ 2000 ਦਾ ਨੋਟ ਕਰ ਦਿੱਤਾ ਉਮੀਦ ਫੇਰ ਲਾਈ ਗਈ ਕਿ ਹੁਣ ਜਿਹੜੀ ਉਹ ਡਿਜੀਟਲ ਰੁਪਈਆ ਹੈ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਜਿਹੜਾ ਡਿਜੀਟਲ ਰੁਪਈਆ ਜਾਂ ਉਸ ਤਰੀਕੇ ਦਾ ਜਿਹੜਾ ਵਪਾਰ ਹੈ ਜਾਂ ਕਾਰੋਬਾਰ ਹੈ ਜਾਂ ਇਨਵੈਸਟਮੈਂਟ ਨਹੀਂ ਹੋਣ ਲੱਗੀ ਅਸੀਂ ਵੀ ਅੱਜ ਤੁਸੀਂ ਵੀ ਸਾਰੇ ਆਪਾਂ ਰੁਪਈਆ ਚੱਕਣ ਦੀ ਬਜਾਏ ਏਟੀਐਮ ਚੱਕਣ ਦੀ ਕੋਸ਼ਿਸ਼ ਕਰਦੇ ਆ ਆਪਾਂ ਫੋਨ ਤੋਂ ਕਰਦੇ ਆ ਕਿਸੇ ਨੂੰ ਪੇਮੈਂਟ ਹੋਇਆ ਪਰ ਦੂਸਰੇ ਪਾਸੇ ਉਸ ਵਕਤ ਜਿਹੜਾ ਫਲੋ ਸੀਗਾ ਉਹ 17.7 ਮੈਂ ਪਹਿਲਾਂ ਹੀ ਕਿਹਾ ਐਸ ਵਕਤ ਸਰਕਲ ਦੇ ਵਿੱਚ 30.88 ਲੱਖ ਕਰੋੜ ਰੁਪਈਆ ਜੀ ਕਹਿਣ ਦਾ ਭਾਵ ਕੀ ਪੇਪਰ ਦੇ ਰੂਪ ਵਿੱਚ ਜਿਹੜਾ ਰੁਪਈਆ ਛੱਪਦਾ ਉਹ ਮਾਰਕੀਟ ਵਿੱਚ ਹੋਰ ਜ਼ਿਆਦਾ ਵਧ ਗਿਆ ਇਹਦੇ ਨਾਲ ਜਿਹੜੀ ਸਮੱਸਿਆ ਆਈ ਹੈ ਉਹ 71.84% ਜਿਹੜਾ ਉਹ ਪੇਪਰ ਦੇ ਰੂਪ ਵਿੱਚ ਰੁਪਈਆ ਵਧਿਆ ਤੇ ਇਹਦੇ ਉੱਤੇ ਕਾਂਗਰਸ ਦੇ ਜਿਹੜੇ ਨਵੇਂ ਬਣੇ ਪ੍ਰਧਾਨ ਨੇ ਮਲਕਾਰਜਨ ਖੜਗੇ ਸਾਹਿਬ ਨੇ ਕਿਹਾ ਹੈ ਕਿ ਇਹ ਇੱਕ ਤਰੀਕੇ ਦੀ ਆਰਥਿਕ ਤੌਰ ਤੇ ਨਸਲ ਕੋਸ਼ਿਸ਼ ਕੀਤੀ ਗਈ ਲੋਕਾਂ ਦੀ ਉਹਨਾਂ ਨੇ ਤਾਂ ਸ਼ਰਧਾਂਜਲੀ ਵੀ ਦਿੱਤੀ ਨੋਟਬੰਦੀ ਦੇ ਵਿੱਚ ਜਿਹੜੇ ਉਸ ਵਕਤ ਲੋਕ ਲਾਈਨਾਂ ਵਿੱਚ ਕਤਾਰਾਂ ਵਿੱਚ ਰੁਪਏ ਵਟਾਉਣ ਵੇਲੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਕਿ ਉਹ ਇੱਕ ਬਹੁਤ ਵੱਡੀ ਵੱੱਜਰ ਗਲਤੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵੱੱਜਰ ਗਲਤੀ ਸੀ ਉਹਦੇ ਵਿੱਚ ਜਾਂ ਕਿ ਲਈ ਭਾਜਪਾ ਦੀ ਵੱੱਜਰ ਗਲਤੀ ਸੀ ਉਹਦੇ ਵਿੱਚ ਉਹਨਾਂ ਜਣੀਆਂ ਜ਼ਿੰਦਗੀਆਂ ਉਹਨਾਂ ਤੋਂ ਵੀ ਹੱਥ ਧੋਣੇ ਪੈ ਗਏ ਪਰ ਇਹਦੇ ਉੱਤੇ ਰਿਪੋਰਟ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਇਸ ਨੋਟਬੰਦੀ ਦਾ ਹੁਣ ਤੱਕ ਭਾਰਤ ਨੂੰ ਕੋਈ ਫਾਇਦਾ ਨਹੀਂ ਹੋਇਆ ਨੁਕਸਾਨ ਹੀ ਨੁਕਸਾਨ ਹੋਇਆ ਪੰਜਾਬ ਸਰਕਾਰ ਜਾਂ کہہ ਲਈਏ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਹੜੀ ਕਿਹੜੀ ਨਵੀਂ ਖੁੱਲ੍ਹ ਦਿੱਤੀ ਗਈ ਹੈ ਦੇਖੋ ਜੇਕਰ ਅਸੀਂ ਗੱਲ ਕਰਦੇ ਹਾਂ ਮਾਨ ਸਰਕਾਰ ਨੇ ਤਾਂ ਮਾਨ ਸਰਕਾਰ ਨੇ ਇੱਕ ਜਿਹੜੀ ਕਿਸਾਨਾਂ ਨੂੰ ਖੁੱਲ ਪਹਿਲਾਂ ਦਿੱਤੀ ਸੀ ਕਿ ਮੰਡੀਆਂ ਦੇ ਵਿੱਚੋਂ ਜਿਹੜੀ ਢੋਆ ਢਵਾਈ ਹੋਗੀ ਅਨਾਜ ਦੀ ਉਹਦੇ ਲਈ ਟਰੈਕਟਰ ਟਰਾਲੀ ਨੂੰ ਵਰਤਣ ਦੀ ਸਹੂਲਤ ਦਿੱਤੀ ਜਾਊਗੀ ਉਹਦੇ ਲਈ ਵਿਸ਼ੇਸ਼ ਨਿਯਮ ਬਣਾਏ ਜਾਣਗੇ ਜੀ ਤੁਸੀਂ ਕਹਿੰਦੇ ਹੋਗੇ ਟਰੈਕਟਰ ਟਰਾਲੀ ਤਾਂ ਹੁਣ ਵੀ ਵਰਤੇ ਜਾਂਦੇ ਨੇ ਉਹ ਯੂਨੀਅਨ ਦੇ ਵਰਤੇ ਜਾਂਦੇ ਨੇ ਜਿਨ੍ਹਾਂ ਕੋਲੇ ਆਗਿਆ ਹੈਗੀ ਹੈ ਜਿਨ੍ਹਾਂ ਨੇ ਆਗਿਆ ਲਈ ਹੋਈ ਹੈ ਇਹ ਕਿੰਨਾ ਟਰੈਕਟਰ ਟਰਾਲੀਆਂ ਨੂੰ ਸੀ ਆਮ ਕਿਸਾਨ ਆਮ ਕਿਸਾਨ ਜਿਹੜਾ ਵਾਹੀ ਦੇ ਵਿੱਚ ਟਰੈਕਟਰ ਟਰਾਲੀ ਆਪਦੀ ਵਰਤਦਾ ਉਸ ਤੋਂ ਬਾਅਦ ਉਹ ਟਰੈਕਟਰ ਤੇ ਟਰਾਲੀ 6 ਮਹੀਨਿਆਂ ਵਾਸਤੇ ਖਾਲੀ ਘਰ ਦੇ ਵਿੱਚ ਖੜ੍ਹਦੇ ਨੇ ਉਹਨਾਂ ਦੇ ਖਰਚੇ ਪੈਂਦੇ ਨੇ ਤੇ ਮਾਨ ਸਰਕਾਰ ਨੇ ਸੋਚਿਆ ਸੀ ਵੀ ਕਿਉਂ ਨਾ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਜਿਹੜੇ ਕਿਸਾਨ ਨੇ ਇਹਨਾਂ ਨੂੰ ਨਾਲ ਰੋਜ਼ਗਾਰ ਦਿੱਤਾ ਜਾਵੇ ਮੰਡੀਆਂ ਦੇ ਵਿੱਚ ਟਰੈਕਟਰ ਟਰਾਲੀ ਵਰਤਣ ਦੀ ਇਜਾਜ਼ਤ ਦੇ ਦੀਏ ਪਰ ਮਾਫ ਕਰਨਾ ਇਹ ਚੀਜ਼ ਨੂੰ ਕਿ ਬਹੁਤ ਵੱਡਾ ਬੂਰ ਪੈਂਦਾ ਦਿਸਿਆ ਨਹੀਂ ਉਹਨੀਆਂ ਤਜਵੀਜ਼ਾਂ ਜਾਂ ਤਾਂ ਨਿਕਲ ਕੇ ਨਹੀਂ ਆਈਆਂ ਜਾਂ ਫਿਰ ਕਿਸਾਨਾਂ ਨੂੰ ਸਮਝ ਨਹੀਂ ਆਈਆਂ ਹੁਣ ਇੱਕ ਨਵੀਂ ਜਿਹੜੇ ਮੁਖ ਸਕੱਤਰ ਨੇ ਪੰਜਾਬ ਦੇ ਵੀ ਕੇ ਜੰਝੁਗਾ ਸਾਹਿਬ ਜੰਝੁਗਾ ਸਾਹਿਬ ਨੇ ਹੁਣ ਇੱਕ ਨਵੀਂ ਜਿਹੜੀ ਪਹਿਲ ਕਦਮ ਕੀਤੀ ਹੈ ਉਹਨਾਂ ਨੇ ਮਾਈਨਿੰਗ ਦੇ ਰੂਪ ਵਿੱਚ ਰੇਤ ਬੱਜਰੀ ਜਾਂ ਕਹਿ ਲਈਏ ਕਿ ਜੋ ਚੀਜ਼ਾਂ ਦਰਿਆ ਦੇ ਕੰਢੇ ਤੋਂ ਮਾਈਨਿੰਗ ਚੋਂ ਨਿਕਲਦੀਆਂ ਉਹਨਾਂ ਦੇ ਵਿੱਚ ਟਰੈਕਟਰ ਟਰਾਲੀ ਦੀ ਵਰਤੋਂ ਨੂੰ ਖੁੱਲ੍ਹ ਦੇਣ ਬਾਰੇ ਟ੍ਰਾਂਸਪੋਰਟ ਵਿਭਾਗ ਦੇ ਸਾਰੇ ਮਹਿਕਮੇ ਦੇ ਨਾਲ ਜਾਂ ਕਹਿ ਲਈਏ ਕਿ ਸਾਰੇ ਨਮਾਇੰਦਿਆਂ ਦੇ ਨਾਲ ਮੀਟਿੰਗ ਲਈ ਹੈ ਜੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਇਹ ਖੁੱਲ੍ਹ ਹੈ ਇਹ ਇੱਕ ਤਰੀਕੇ ਦਾ ਸੌਖ ਕਰ ਦਾਂਗੇ ਇਹਦੇ ਨਾਲ ਉਹਨੂੰ ਟ੍ਰਾਂਸਪੋਰਟ ਦਾ ਖਰਚਾ ਵੀ ਘੱਟ ਪਊਗਾ ਤੇ ਨਾਲ ਦੀ ਨਾਲ ਇੱਕ ਰੋਜ਼ਗਾਰ ਵੀ ਮਿਲ ਜੂਗਾ ਅਗਲੀ ਜਿਹੜੀ ਉਹਨੇ ਗੱਲ ਕਹੀ ਹੈ ਕਿ ਸਰਕਾਰੀ ਡੰਪ ਬਣਾਏ ਜਾਣਗੇ ਜੇ ਤੁਸੀਂ ਰੇਤ ਲੈਣਾ ਹੈ ਜਿਹਨੂੰ ਅਸੀਂ ਬ੍ਰੇਤੀ ਕਹਿ ਦਿੰਦੇ ਆ ਰੇਤ ਜੇਕਰ ਤੁਸੀਂ ਲੈਣਾ ਤਾਂ ਸਰਕਾਰੀ ਡੰਪ ਹੋਣਗੇ ਮਹਾਲੀ ਦੇ ਵਿੱਚ ਉਹਨਾਂ ਨੇ ਪਹਿਲੀ ਕੋਸ਼ਿਸ਼ ਕੀਤੀ ਹੈ ਕਿ 4 ਏਕੜ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਡੰਪ ਉਹ ਸਥਾਪਿਤ ਕੀਤਾ ਹੈ ਉਹ ਕਹਿੰਦੇ ਮਹਾਲੀ ਵਿੱਚ ਅਸੀਂ ਪਹਿਲਾਂ ਟ్రਾਇਲ ਕਰਕੇ ਵੇਖਾਂਗੇ ਇਸ ਡੰਪ ਦੇ ਵਿੱਚ ਬਰੇਤੀ ਲਾਊਗੀ ਤੇ ਕਿਸਾਨ ਜਾਂ ਲੋਕ ਜਾਂ ਅਸੀਂ ਕਹიდੀਏ ਸ਼ਹਿਰੀ ਪਿੰਡੂ ਕੋਈ ਵੀ ਹਰ ਵਰਗ ਉਥੋਂ ਉਹ ਬਰੇਤੀ ਲੈ ਸਕੂਗਾ ਕਹਿੰਦੇ ਜੇਕਰ ਇਹ ਡੰਪ ਵਾਲੀ ਪਾਲਿਸੀ ਸਾਡੀ ਕਾਮਯਾਬ ਹੋਈ ਤਾਂ ਸਾਰੇ ਪੰਜਾਬ ਦੇ ਵਿੱਚ ਸਿੱਧਾ ਖੱਡਾਂ ਤੇ ਜਾਣ ਤੋਂ ਮਨਾਹੀ ਕਰ ਦੇਣਗੇ ਡੰਪਾਂ ਦੇ ਨਾਲ ਲੋਕਾਂ ਨੂੰ ਜੋੜਿਆ ਜਾਊਗਾ ਤੇ ਡੰਪਾਂ ਤਿੱਕਰ ਇਹ ਰੇਤ ਲਿਆਉਣ ਦੇ ਲਈ ਟਰੈਕਟਰ ਟਰਾਲੀ ਹੈ ਜਿਹੜੇ ਉਹ ਵੀ ਨਾਲ ਵਰਤੇ ਜਾਣਗੇ ਚੰਗੀ ਕੋਸ਼ਿਸ਼ ਹੈ ਪਰ ਅਸਲ ਵਿੱਚ ਜੇ ਬੂਰ ਪੈਂਦਾ ਤਾਂ ਫੇਰ ਹੀ ਅਸੀਂ ਇਹਦੀ ਮੁਬਾਰਕਬਾਦ ਕਹਿ ਸਕਦੇ ਹਾਂ ਜੀ ਆਨੰਦ ਕਾਰਜ ਮੈਰਿਜ ਐਕਟ ਤੇ ਭਗਵੰਤਪਾਲ ਸਿੰਘ ਦਾ ਨਵਾਂ ਬਿਆਨ ਆਇਆ ਕੀ ਕਹਿਣਾ ਚਾਹੋਗੇ ਦੇਖੋ ਨਾ ਅਫਸੋਸ ਵਾਲੀ ਗੱਲ ਤਾਂ ਨਾ ਇਹਦੇ ਵਿੱਚ ਇਹ ਹੀ ਹੈ ਕਿ ਆਨੰਦ ਕਾਰਜ ਐਕਟ ਆ ਜਿਹੜਾ ਜਿਹਨੂੰ ਅਸੀਂ ਆਨੰਦ ਐਕਟ ਦੇ ਰੂਪ ਵਿੱਚ ਵੀ ਜਾਣਦੇ ਹਾਂ ਆਨੰਦ ਮੈਰਿਜ ਐਕਟ ਦੇ ਰੂਪ ਵਿੱਚ ਵੀ ਜਾਣਦੇ ਹਾਂ ਜੀ ਤੁਸੀਂ ਨਾ ਹੈਰਾਨ ਹੋਵੋਗੇ ਕਿ 1909 ਦੇ ਵਿੱਚ ਇਹ ਐਕਟ ਆ ਜਿਹੜਾ ਉਹ ਬਣਿਆ ਸੀ 1909 ਦੇ ਵਿੱਚ ਜੀ ਅਸੀਂ 2022 ਦੇ ਵਿੱਚ ਜਿਹੜੀ ਉਹ ਗੱਲ ਕਰ ਰਹੇ ਹਾਂ ਇੱਕ ਸਦੀ ਹੋ ਗਈ ਤੇ ਉੱਤੇ ਤੁਸੀਂ ਸਾਲ ਬਣਾ ਲਓ ਕਿੰਨੇ ਹੋ ਗਏ ਇੱਕ ਸਦੀ ਤੋਂ ਉੱਤੇ ਜਾ ਕੇ ਵੀ ਹਲੇ ਇਹੜਾ ਆਨੰਦ ਮੈਰਿਜ ਐਕਟ ਆ ਇਹ ਹਲੇ ਪਾਸ ਨਹੀਂ ਹੋ ਸਕਿਆ ਖਾਸ ਕਰਕੇ ਪੰਜਾਬ 'ਚ ਨਹੀਂ ਹੋ ਸਕਿਆ 1909 ਵਿੱਚ ਇਹ ਐਕਟ ਬਣ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਕਿ ਵਟਵਾਰਾ ਹੋ ਜਾਂਦਾ ਹੈ ਵਟਵਾਰੇ ਤੋਂ ਬਾਅਦ ਜਿਹੜੇ ਸਾਡੇ ਸਿੱਖਾਂ ਦੇ ਵਿਆਹ ਨਹੀਂ ਸ਼ਾਦੀਆਂ ਕਹਿ ਦਈਏ ਅਸੀਂ ਉਹ ਵਿਆਹ ਸ਼ਾਦੀਆਂ ਜਿਹੜੇ ਨੇ ਉਹ ਰਜਿਸਟਰਡ ਹੁੰਦੇ ਨੇ ਹਿੰਦੂ ਮੈਰਿਜ ਐਕਟ ਦੇ ਅਧੀਨ ਜਿਹਦੇ ਉੱਤੇ ਸਿੱਖ ਵੀ ਮੰਗ ਰੱਖਦੇ ਨੇ ਕਿ ਇਹ ਵਿਆਹ ਸ਼ਾਦੀਆਂ ਸਾਡੀਆਂ ਜਿਹੜੀਆਂ ਇਹ ਹਿੰਦੂ ਮੈਰਿਜ ਐਕਟ ਵਿੱਚ ਕਿਉਂ ਆਉਂਦੀਆਂ ਅਸੀਂ ਇੱਕ ਵਿਲੱਖਣ ਹੈ ਅਸੀਂ ਵਿਲੱਖਣ ਆਪਣੀ ਪਹਿਚਾਨ ਰੱਖਦੇ ਆ ਸਾਡਾ ਇੱਕ ਵਿਲੱਖਣ ਧਰਮ ਹੈ ਤੇ ਸਾਡਾ ਮੈਰਿਜ ਐਕਟ ਕਿਉਂ ਨਹੀਂ ਇਸ ਨੂੰ ਲੈ ਕੇ ਉਸ ਵਕਤ ਜੇਕਰ ਮੈਂ ਗੱਲ ਕਰਾਂ ਚਾਰ ਦੇ ਵਿੱਚ ਪਾਰਲੀਮੈਂਟ ਵਿੱਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਆਵਾਜ਼ ਚੱਕੀ ਤੇ ਪਾਰਲੀਮੈਂਟ ਦੇ ਵਿੱਚ ਇਸ ਚੀਜ਼ ਨੂੰ ਬੂਰ ਪੈਂਦੇ ਪੈਂਦੇ 12 ਆ ਗਿਆ 12 ਦੇ ਵਿੱਚ 2012 ਦੇ ਵਿੱਚ ਇਹ ਜਿਹੜਾ ਹਿੰਦੂ ਮੈਰਿਜ ਐਕਟ ਤੋਂ ਬਾਅਦ ਸਿੱਖ ਮੈਰਿਜ ਐਕਟ ਸੋਧ ਹੋ ਗਈ ਸੋਧ ਹੋਣ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਹਦਾਇਤ ਜਾਰੀ ਕੀਤੀ ਉਸ ਹਦਾਇਤ ਵਿੱਚ ਕਿਹਾ ਕਿ ਤੁਸੀਂ ਇਸ ਐਕਟ ਨੂੰ ਆਪੋ ਆਪਣੀ ਸਟੇਟ ਦੇ ਵਿੱਚ ਨਿਯਮਾਂ ਦੇ ਨਾਲ ਨਿਜਬ ਬਣਾ ਕੇ ਲਾਗੂ ਕਰ ਦਿਓ ਦੇਖੋ 12 ਤੋਂ ਬਾਅਦ ਇਹ ਚੀਜ਼ ਹੈ ਜਿਹੜੀ ਉਹ 16 ਦੇ ਵਿੱਚ ਕਾਫੀ ਸੂਬਿਆਂ ਨੇ ਲਾਗੂ ਕਰ ਦਿੱਤੀ 22 ਸੂਬਿਆਂ ਨੇ ਲਾਗੂ ਕਰ ਦਿੱਤੀ ਪਰ 16 ਦੇ ਵਿੱਚ ਪੰਜਾਬ ਵਿੱਚ ਮੈਰਿਜ ਰਜਿਸਟਰਡ ਕਰਾਉਣੀ ਤਾਂ ਲਾਜ਼ਮੀ ਹੋ ਗਈ 16 ਤੱਕ ਅਸੀਂ ਆਪਣੇ ਨਿਯਮ ਵੀ ਸੋਧ ਲਏ ਜੀ 17 ਦੇ ਵਿੱਚ ਕਾਂਗਰਸ ਆਉਂਦੀ ਹੈ 16 ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਭਾਜਪਾ ਕੇਂਦਰ ਚ ਵੀ ਬੈਠੀ ਹੈ ਤੇ ਭਾਜਪਾ ਪੰਜਾਬ ਦੀ ਸਰਕਾਰ ਦੇ ਗੱਠਜੋੜ ਚ ਵੀ ਬੈਠੀ ਹੈ ਪਰ ਉਸ ਗੱਠਜੋੜ ਦੇ ਵਿੱਚ ਬੈਠਣ ਦੇ ਬਾਵਜੂਦ ਵੀ ਇਸ ਪੰਜਾਬ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਦੀ ਧਿਰ ਦੀ ਸਰਕਾਰ ਹੈ 10 ਸਾਲ ਹੋ ਗਏ ਨੇ ਕੋਈ 17 ਦੇ ਵਿੱਚ ਇਹ ਸਰਕਾਰ ਜਾਂਦੀ ਹੈ ਦੋ ਇਹ ਗੇੜਾਂ ਵਿੱਚ ਜਿੱਤ ਕੇ ਆਉਂਦੀ ਨੇ ਪਰ 10 ਸਾਲਾਂ ਦੇ ਵਿੱਚ ਇਹ ਸਿੱਖ ਮੈਰਿਜ ਐਕਟ ਪਾਸ ਨਹੀਂ ਕਰ ਪਾਉਂਦੇ ਨਿਜਵ ਬਣ ਜਾਂਦੇ ਨੇ 16 ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਜਾ ਕੇ ਮਾਨ ਸਾਹਿਬ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰੂ ਦੇ ਮੌਕੇ ਦੇ ਉੱਤੇ ਉਹ ਗੁਰੂ ਘਰ ਦੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਨਕਮਸਤਕ ਹੋਣ ਦੇ ਲਈ ਗਏ ਨੇ ਆਪਣੇ ਪਰਿਵਾਰ ਦੇ ਨਾਲ ਤੇ ਆ ਕੇ ਉਹਨੇ ਕਿਹਾ ਕਿ ਅਸੀਂ ਇਨ ਬਿਨ ਸਿੱਖ ਮੈਰਿਜ ਐਕਟ ਪਾਸ ਕਰਾਂਗੇ ਦੇਖੋ 1909 ਦੇ ਵਿੱਚ ਬਣਿਆ ਜੇਕਰ 22 ਦੇ ਵਿੱਚ ਪਾਸ ਹੋ ਜੇ ਕਿਉਂਕਿ ਹੁਣ ਤੱਕ ਸਰਕਾਰਾਂ ਕਹਿੰਦੀਆਂ ਆ ਰਹੀਆਂ ਅਫਸੋਸ ਦੀ ਗੱਲ ਇਹ ਹੈ ਕੀ ਸਾਡਾ ਇਹ ਸੂਬਾ ਜਿੱਥੇ ਵੱਧ ਗਿਣਤੀ ਵਿੱਚ ਸਿੱਖ ਨੇ ਹਾਲਾਂਕਿ ਅਸੀਂ 2% ਤਾਂ ਤੇ ਘੱਟ ਗਿਣਤੀ ਚਾ ਪਰ ਸਾਡਾ ਸੂਬਾ ਜਿੱਥੇ ਅਸੀਂ ਵੱਧ ਗਿਣਤੀ ਚਾ ਉੱਥੇ ਹਲੇ ਪਾਸ ਨਹੀਂ ਹੋਇਆ ਤੇ ਹੋਰ 22 ਸਟੇਟਾਂ ਵਿੱਚ ਇਹ ਪਾਸ ਹੋ ਚੁੱਕੇ ਜੀ ਮਾਨ ਸਰਕਾਰ ਨੇ ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਕੀਤੀ ਹੈ ਤੁਹਾਨੂੰ ਲੱਗਦਾ ਹੈ ਕਿ ਟੈਕਸ ਦੀ ਚੋਰੀ 'ਚ ਕੋਈ ਫਰਕ ਪਵੇਗਾ ਦੇਖੋ ਮਾਨ ਸਾਹਿਬ ਨੇ ਇਹ ਇੱਕ ਵਾਅਦਾ ਕੀਤਾ ਸੀ ਇਹ ਵਾਅਦਾ ਉਹਨਾਂ ਨੇ 27 ਜੂਨ ਨੂੰ ਕੀਤਾ ਸੀ ਜਿਹੜੇ ਵਾਅਦੇ ਵਿੱਚ ਉਹਨਾਂ ਨੇ ਕਿਹਾ ਸੀ ਸੀ ਟੈਕਸ ਚੋਰੀ ਰੋਕਣੀ ਹੈ ਤੇ ਪੰਜਾਬ ਦਾ ਜਿਹੜਾ ਖਜ਼ਾਨਾ ਭਰਨਾ 27 ਜੂਨ ਨੂੰ ਨੇ ਕਿਹਾ ਸੀ ਕਿ ਸਪੈਸ਼ਲ ਅਸੀਂ ਇੱਕ ਵਿੰਗ ਬਣਾਵਾਂਗੇ ਜਿਹੜਾ ਟੈਕਸ ਚੋਰੀ ਰੋਕੂਗਾ ਜੀ ਜਿਹਨੂੰ ਅਸੀਂ ਇੰਟੈਲੀਜੈਂਸੀ ਟੈਕਸ ਵਿੰਗ ਵੀ ਕਹਦੇ ਆਂਗੇ ਜਾਂ ਚੋਰੀ ਰੋਕਣ ਲਈ ਬਣਾਇਆ ਵੀ ਕਹਦੇ ਆਂਗੇ ਤੁਸੀਂ ਨਾਵਾਚ ਨਾ ਜਾਵੋ ਤੁਸੀਂ ਇਸ ਦੇ ਕਾਰਜ ਵਿੱਚ ਜਾਵੋ ਜੀ ਹੁਣ ਜਾ ਕੇ ਉਸ ਨੂੰ ਬਣਾਉਣ ਦੀ ਇਨ ਟੈਕਸ ਚੋਰੀ ਲਈ ਇੱਕ ਵਿੰਗ ਬਣਾਉਣ ਦੀ ਸਪੈਸ਼ਲ ਯਾਤ ਹਰੀ ਚੰਡੀ ਦੇ ਦਿੱਤੀ ਹੈ ਬਣਾ ਲਓ ਉਦੇ ਵਿੱਚ ਕੀ ਕੁਝ ਕਰਨ ਜਾ ਰਹੇ ਨੇ ਉਹਦੇ ਵਿੱਚ ਇੱਕ ਤਾਂ ਉਹਦਾ ਵੱਖਰਾ ਸਟਾਫ ਹੋਊਗਾ ਇੰਟੈਲੀਜੈਂਸ ਟੈਕਸ ਚੋਰੀ ਬੰਗਾਲਾ ਉਹਦੇ ਵਿੱਚ ਇੱਕ ਵੱਖਰਾ ਇਹ ਸਟਾਫ ਰੱਖਣਗੇ ਉਹਦੇ ਵਿੱਚ ਇੱਕ ਗੁਪਤ ਜਿਹੜੇ ਆਪਰੇਸ਼ਨ ਕਰਿਆ ਕਰਨਗੇ ਉਹਨਾਂ ਨੂੰ ਕੁਝ ਥੌਟੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਚੰਗੇ ਅਹੁਦਿਆਂ ਦੇ ਉੱਤੇ ਕਾਮਯਾਬ ਤਰੀਕੇ ਨਾਲ ਇਸ ਨੂੰ ਚਲਾਉਣ ਦੇ ਲਈ ਅਹੁਦਿਆਂ ਤੇ ਬਿਠਾਇਆ ਜਾਊਗਾ ਇਹ ਸਾਰਾ ਕੁਝ ਕੀਤਾ ਤੇ ਹਰਪਾਲ ਚੀਮਾ ਜਿਹੜੇ ਸਾਡੇ ਵਿੱਤ ਮੰਤਰੀ ਵਿੱਤ ਮੰਤਰੀ ਸਾਹਿਬ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਏਦਾਂ ਦਾ ਇੱਕ ਜਿਹੜਾ ਵਿਭਾਗ ਬਣਾ ਦਿੱਤਾ ਕਿ ਟੈਕਸ ਚੋਰੀ ਜਿਹੜੇ ਕਰਦੇ ਨੇ ਉਹਦੇ ਉੱਤੇ ਨੱਥ ਪਾਈ ਜਾਵੇ। ਸ਼ੁਭ ਕਾਮਨਾਵਾਂ ਦੇ ਸਕਦੇ ਆ ਮੀਡੀਆ ਦੀ ਤਰਫ ਤੋਂ ਬੈਠੇ ਆ ਅਸੀਂ ਉਹਨਾਂ ਦੇ ਕੰਮ ਦੀ ਸਿਖੇਪਤ ਕਰ ਸਕਦੇ ਆ ਤੇ ਨਾਲ-ਨਾਲ ਯਾਦ ਕਰਾ ਸਕਦੇ ਆ ਕਿ ਤੁਸੀਂ ਭ੍ਰਿਸ਼ਟਾਚਾਰ ਰੋਕੋ ਇੱਕ ਨੰਬਰ ਬਣਾਇਆ ਸੀ ਉਹਦੇ ਵਿੱਚ ਫੌਜਾ ਸਿੰਘ ਸਰਾਰੀ ਦੀ ਕਾਰ ਰਿਕਾਰਡ ਗਈ ਸੀ। ਸੇਮ ਕਪੂਰ ਨੇ ਉਸ ਗੱਲ ਨੂੰ ਮੰਨਿਆ ਸੀ ਉਹਦੀ ਜਾਂਚ ਪਤਾ ਨਹੀਂ ਕਿੱਥੇ ਜੇ ਖੜੀ ਐ ਮੈਨੂੰ ਨਹੀਂ ਇਹਦੇ ਬਾਰੇ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਅਸੀਂ ਹੱਲ ਕਰਾਂਗੇ ਇਹ ਵਾਅਦਾ ਤੁਸੀਂ ਕੀਤਾ ਸੀ ਮੈਂ ਨਹੀਂ ਕਹਿੰਦਾ ਤੁਸੀਂ ਪੂਰਾ ਨਹੀਂ ਕਰ ਰਹੇ ਪਰ ਇਹ ਕਿੱਥੇ ਜੇ ਖੜਾ ਸਿੱਖ ਸੰਗਤ ਨੂੰ ਇਹ ਵੀ ਕਿਸੇ ਇਤਿਹਾਸਕ ਦਿਨ ਦੱਸਿਓ ਤੁਸੀਂ ਨਸ਼ਾ ਦੂਰ ਕਰਨ ਦੀ ਗੱਲ ਕਹੀ ਸੀ ਪੰਜਾਬ ਦੇ ਵਿੱਚ ਨਸ਼ਾ ਹਲੇ ਵੀ ਚੱਲੀ ਜਾਂਦਾ ਹੈ ਇਹਦੇ ਉੱਤੇ ਮੁਹਿੰਮ ਕਿੰਨੀ ਕੁ ਤਿੱਖੀ ਐ ਤੁਸੀਂ ਇਹ ਵੀ ਦੱਸਿਓ ਪੰਜਾਬ ਦੇ ਵਿੱਚ ਨਿਆ ਪ੍ਰਣਾਲੀ ਦੇ ਜੋ ਹਾਲਾਤ ਨੇ ਸਿੱਧੂ ਮੂਸੇਵਾਲਾ ਦਾ ਕਤਲ, ਸੰਦੀਪ ਨੰਗਲੰਬੀਆਂ ਦਾ ਕਤਲ ਤੇ ਸੂਰੀ ਦਾ ਕਤਲ ਅਸੀਂ ਪਿਛਲੇ ਦਿਨਾਂ ਵਿੱਚ ਵੇਖਿਆ ਇਹ ਮੈਂ ਉਹ ਨਾਮ ਲੈਏ ਨੇ ਜਿਨ੍ਹਾਂ ਦੀ ਆਈਡੈਂਟੀ ਹੈਗੀ ਐ ਤੇ ਜਿਹੜੇ ਆਮ ਆਮਦ ਤੇ ਪੁੱਤ ਜਿਹੜੇ ਸਮਾਜਿਕ ਆਈਡੈਂਟੀ ਨਹੀਂ ਰੱਖਦੇ ਪਰ ਉਹ ਕਰਦਿਆਂ ਲਈ ਉਨੇ ਹੀ ਲੋੜੀ ਦੇ ਸੀ ਜਿਨ੍ਹਾਂ ਲੋੜੀ ਦਾ ਸਿੱਧੂ ਮੂਸੇਵਾਲਾ ਸੀ ਆਪਣੇ ਮਾਪਿਓ ਲਈ ਉਹਨਾਂ ਉੱਤੇ ਸਰਕਾਰਾਂ ਨੇ ਕੀ ਕੀਤਾ ਇਹਦੇ ਉੱਤੇ ਵੀ ਜ਼ਰੂਰ ਦੱਸ ਦਿਓ ਮੈਂ ਕੋਈ ਉਂਗਲ ਨਹੀਂ ਚੱਕਦਾ ਪਰਾਲੀ ਦੇ ਮੁੱਦੇ ਉੱਤੇ ਤੁਸੀਂ ਕੀ ਕੁਝ ਕਰ ਰਹੇ ਹੋ ਇਹਦੇ ਉੱਤੇ ਵੀ ਦੱਸ ਦਿਓ ਫਸਲਾਂ ਦੀ ਵਿਭਿੰਨਤਾ ਦਾ ਤੁਸੀਂ ਹੋਕਾ ਦੇ ਰਹੇ ਹੋ ਇਹਦੇ ਉੱਤੇ ਸਰਕਾਰ ਕੀ ਕਰ ਰਹੀ ਹੈ ਇਹ ਵੀ ਦੱਸ ਦਿਓ ਤੁਹਾਨੂੰ ਤੁਹਾਡਾ ਨਵਾਂ ਜਿਹੜਾ ਵਿਭਾਗ ਬਣਾਇਆ ਇਹਦਾ ਮੁਬਾਰਕਬਾਦ ਦਿੰਨੇ ਆ ਤੁਹਾਡੋ ਤੋਂ ਉਮੀਦ ਰੱਖਦੇ ਆ ਕਿ ਤੁਸੀਂ ਹੋਰ ਨਾ ਵਿਭਾਗਾ ਵਾਂਗੂ ਇਸ ਵਿਭਾਗ ਨੂੰ ਵੀ ਦਸੱਲੀ ਨਾਲ ਚਲਾਉਂਗੇ ਤੇ ਕੀਤੇ ਹੋਏ ਵਾਅਦੇ ਪੂਰੇ ਕਰੋਗੇ ਇੱਕ ਇਹਨਾਂ ਨੇ ਹੋਰ ਫੈਸਲਾ ਜਿਹੜਾ ਕੀਤਾ ਮੈਂ ਉਹ ਵੀ ਤੁਹਾਡਾ ਨਾਲ ਸਾਂਝਾ ਕਰਦਾ ਜੀ ਪਹਿਲਾਂ ਕੀ ਹੁੰਦਾ ਸੀ ਕਿ ਆਰਟੀਆ ਹੁੰਦਾ ਸੀ ਆਰਟੀਆ ਉਹ ਟ੍ਰਾਂਸਪੋਰਟ ਦਾ ਸਾਰਾ ਕੰਮ ਦੇਖਦਾ ਤੇ ਪੰਜਾਬ ਦੇ ਵਿੱਚ 7 ਪੋਸਟ ਹੈ ਇਹ ਜਿਹੜਾ ਆਰਟੀਏ ਦੇ ਹੱਥ ਦੇ ਵਿੱਚ ਇਹ ਸਾਰਾ ਟ੍ਰਾਂਸਪੋਰਟ ਦਾ ਕੰਮ ਦਿੱਤਾ ਸੀਗਾ ਉਹ ਦਿੱਤਾ ਸੀ 2017 ਦੇ ਵਿੱਚ ਕੈਪਟਨ ਮਨਿੰਦਰ ਸਾਹਿਬ ਨੇ ਉਸ ਤੋਂ ਪਹਿਲਾਂ ਹੁੰਦੀ ਸੀ ਡੀਟੀਓ ਸਾਹਿਬ ਤੇ ਮਾਨ ਸਰਕਾਰ ਚੁੱਪ ਜੇ ਕਰਕੇ ਆਰਟੀਏ ਦੀ ਪੋਸਟ ਖਤਮ ਕਰਕੇ ਹੁਣ ਡੀਡੀਓ ਸਾਹਿਬ ਨੂੰ ਇਹ ਕੰਮ ਵਾਪਸ ਦੇ ਰਹੀ ਹੈ ਮੈਂ ਇਹਨੂੰ ਚੰਗਾ ਮੰਨੂੰਗਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਆਰਟੀਏ 7 ਤੇ ਪੰਜਾਬ ਦੇ ਕਿੰਨੇ ਉਹ ਕੰਮ ਆ ਜਿਹੜੇ ਉਹ ਡرائیਵੀ ਲਾਇਸੈਂਸ ਨਾਲ ਜੁੜੇ ਹੋਏ ਨੇ, ਟਰਾਂਸਪੋਰਟ ਨਾਲ ਜੁੜੇ ਹੋਏ ਨੇ, ਸੜਕਾਂ ਦੀ ਆਵਾਜਾਈ ਨਾਲ ਜੁੜੇ ਹੋਏ ਨੇ। ਉਹ ਸੱਤ ਥਾਵਾਂ ਉਤੇ ਇੱਕ ਜ਼ਿਲ੍ਹੇ ਨੂੰ ਦੂਜੇ ਜ਼ਿਲ੍ਹੇ ਵਿੱਚ ਜਾਣਾ ਪੈਂਦਾ ਹੈ। ਜੀ। ਜੇਰੋਂ ਤੁਸੀਂ ਡੀਟੀਓ ਲਾ ਦਿਓਗੇ ਉਹ ਡਿਸਟ੍ਰਿਕਟ ਪੱਤਰ ਤੇ ਹੋਣਗੇ। ਤੇ ਜੇਰੋਂ ਤੁਸੀਂ ਡਿਸਟ੍ਰਿਕਟ ਪੱਤਰ ਤੇ ਲਾਉਂਗੇ ਤਾਂ ਖੱਜਲ ਖਵਾਰੀ ਹੈ ਜਿਹੜੀ ਉਹ ਖਤਮ ਹੋਊਗੀ। ਤੇ ਖਜਲ ਖਵਾਰੀ ਖਤਮ ਹੋਊਗੀ ਤੇ ਇਹ ਵੀ ਇੱਕ ਚੰਗੀ ਪਹਿਲ ਆ ਇਹ ਠੀਕ ਕਰਨ ਜਾ ਰਹੇ ਨੇ ਇਹਦੇ ਉੱਤੇ ਅਸੀਂ ਇੱਕ ਤਸੱਲੀ ਪਕਟਾਉਣੀ ਆ ਤੇ ਨਾਲ ਦੀ ਨਾਲ ਇੱਕ ਗੱਲ ਹੋਰ ਤੁਹਾਨੂੰ ਦੱਸਦੇ ਆ ਕਿ ਐਸ ਡੀ ਐਮ ਸਾਹਿਬ ਕੋਲੇ ਕਈ ਥਾਵਾਂ ਉੱਤੇ ਡਰਾਈਵਿੰਗ ਲਾਇਸੈਂਸ ਦਾ ਕੰਮ ਦੀ ਛੱਡਿਆ ਜੀ ਕਿ ਡਰਾਈਵਿੰਗ ਲਾਇਸੈਂਸ ਦੇ ਕੰਮ ਆ ਰੀਨਿਊ ਕਰਨੇ ਆ ਨਵੇਂ ਆ ਉਹਨੂੰ ਉਹ ਐਸ ਡੀ ਐਮ ਸਾਹਿਬ ਦੇਖਦੇ ਨੇ ਕਈ ਥਾਵਾਂ ਤੇ ਮੈਂ ਸਾਰੇ ਥਾਵਾਂ ਤੇ ਨਹੀਂ ਕਹਿੰਦਾ ਹੁਣ ਇਹ ਬੋਝ ਵੀ ਜਿਹੜਾ ਵਾਪਸ ਲਿਆ ਜਾਊਗਾ ਇਹ ਇੱਕ ਚੰਗੀ ਗੱਲ ਹੈ ਕਿ ਇਹ ਕੰਮ ਆ ਜਿਹੜਾ ਡਿਊਟੀ ਸਾਹਿਬ ਦੀ ਝੋਲੀ ਪਾ ਦਿੱਤਾ ਜਾਊਗਾ ਇੱਕ ਚੰਗੀ ਕੋਸ਼ਿਸ਼ ਹੈ ਅਸੀਂ ਇਸ ਕੋਸ਼ਿਸ਼ ਦਾ ਵੀ ਸਤਿਕਾਰ ਕਰਦੇ ਹਾਂ ਅਸੀਂ ਪਹਿਲਾਂ ਵਾਲੀ ਕੋਸ਼ਿਸ਼ ਦਾ ਵੀ ਸਤਿਕਾਰ ਕਰਦੇ ਹਾਂ ਤੇ ਅਸੀਂ ਕੁਝ ਸਵਾਲ ਵੀ ਕਰਦੇ ਆ ਕਿ ਉਹਨਾਂ ਸਵਾਲਾਂ ਉੱਤੇ ਵੀ ਗੌਰ ਕਰਿਓ ਕਿਉਂਕਿ 92 ਸੀਟਾਂ ਦਾ ਬਹੁਤ ਵੱਡਾ ਤੁਹਾਨੂੰ ਬਹੁਤ ਮਤ ਦੇ ਕੇ ਕੁਰਸੀ ਤੇ ਬਿਠਾਇਆ ਤੁਸੀਂ ਗਜਰਾਤ ਜਿੱਤੋ ਤੁਸੀਂ ਹਿਮਾਚਲ ਜਿੱਤੋ ਤੁਸੀਂ ਪੂਰੀ ਦੁਨੀਆ ਜਿੱਤੋ ਪਰ ਇਹ ਨਾ ਹੋਵੇ ਕਿ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਹਾਰ ਜਿਓ ਇਹਦਾ ਖਾਸ ਖਿਆਲ ਰੱਖਿਓ ਜੀ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸ਼ੁਕਰੀਆ ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਸਾਡੇ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਸਾਡੀ ਈਮੇਲ ਆਈਡੀ ਤੇ ਆਪਣੇ ਸੁਝਾਅ ਭੇਜ ਸਕਦੇ ਹੋ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ